are watching Channel Y. Channel Y, a South Asian Canadian channel. आम आदमी पार्टी ਦੇ ਵਿਧਾਇਕ ਅਮਨ ਅਰੋੜਾ ਸਮੇਤ ਕਈ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਲਾਈਵ ਪ੍ਰਸਾਰਣ ਦੇ ਮੁੱਦੇ ਤੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ। ਅਮਨ ਅਰੋੜਾ ਨੇ ਕਿਹਾ ਹੈ ਕਿ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਹਿੰਦੇ ਨੇ ਕਿ ਇੱਕ ਵਿਧਾਨ ਸਭਾ ਸੈਸ਼ਨ ਬੁਲਾਉਣ ਵਿੱਚ ਕਾਫੀ ਪੈਸਾ ਖਰਚ ਹੁੰਦਾ ਹੈ, ਤਾਂ ਲੋਕ ਵੀ ਉਮੀਦ ਕਰਦੇ ਨੇ ਕਿ ਪੰਜਾਬ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਚਲਾਇਆ ਜਾਵੇ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਦੋ ਵਾਰ ਸਪੀਕਰ ਨੂੰ ਕਹਿ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਕੇਸ ਕੀਤਾ ਹੈ, ਜਿਸ ਤੇ ਏਜੀ ਪੰਜਾਬ ਅਤੁਲ ਨੰਦਾ ਬਿਨਾਂ ਕਿਸੇ ਨੋਟਿਸ ਦੇ ਹਾਈ ਕੋਰਟ ਵਿੱਚ ਹਾਜ਼ਰ ਹੋਏ ਪਰ ਫਿਰ ਵੀ ਇਸ ਤੇ ਕੋਈ ਅਮਲ ਨਹੀਂ ਕੀਤਾ ਗਿਆ। ਮੇਰੀ ਵਿਧਾਨ ਸਭਾ ਮੇਰਾ ਹੱਕ ਨਾ ਤੋਂ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਉਣ ਵਾਲੇ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਨੂੰ ਹਰਿਆਣਾ ਵਿਧਾਨ ਸਭਾ ਤੋਂ ਸਿੱਖਣਾ ਚਾਹੀਦਾ ਹੈ ਜੋ ਕਿ ਸਿੱਧਾ ਪ੍ਰਸਾਰਣ ਦਿਖਾਉਂਦੇ ਨੇ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਅਜਿਹਾ ਕਰ ਸਕਦਾ ਤਾਂ ਫਿਰ ਪੰਜਾਬ ਸਰਕਾਰ ਨੂੰ ਕੀ ਡਰ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਜਨਤਾ ਤੇ ਮੀਡੀਆ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਹੈ ਕਿ ਲਾਈਵ ਟੈਲੀਕਾਸਟ ਨੂੰ ਲੈ ਕੇ ਸਪੀਕਰ ਵੱਲੋਂ ਹਾਂ ਪੱਖੀ ਕਾਰਵਾਈ ਦਾ ਉਹਨਾਂ ਨੂੰ ਭਰੋਸਾ ਦਵਾਇਆ ਗਿਆ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਜੀ ਨੂੰ ਮਿਲ ਕੇ ਆਏ ਹਾਂ, ਉਹਨਾਂ ਨੂੰ ਰਿਪ੍ਰਜੈਂਟੇਸ਼ਨ ਦੇ ਕੇ ਆਏ ਹਾਂ ਕਿ ਕਿਉਂਕਿ ਵਿਧਾਨ ਸਭਾ ਜਿਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ ਦਿਨ ਹੀ ਕਿਹਾ ਸੀਗਾ ਕਿ ਇੱਕ ਦਿਨ ਚਲਾਉਣ ਦੇ ਉੱਪਰ 70 ਲੱਖ ਰੁਪਇਆ ਖਰਚਾ ਆਉਂਦਾ ਹੈ, ਲੋਕਾਂ ਦੇ ਪੈਸੇ ਨਾਲ ਵਿਧਾਨ ਸਭਾ ਚੱਲਦੀ ਹੈ ਅਤੇ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲਦੀ ਹੈ, ਵਿਸ਼ਵਾਸ ਰੱਖਦੀ ਹੈ ਕਿ ਲੋਕਾਂ ਨੂੰ ਪੂਰਨ ਹੱਕ ਹੈ, ਪੰਜਾਬ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਇਹ ਦੇਖਣ ਦਾ ਹੱਕ ਹੈ ਕਿ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਚਾਹੇ ਸੱਤਾਧਾਰੀ ਧਿਰ ਦੇ ਵਿੱਚ ਨੇ ਅਤੇ ਚਾਹੇ ਓਪੋਜੀਸ਼ਨ ਦੇ ਵਿੱਚ ਨੇ, ਉਹਨਾਂ ਦੇ ਮਸਲੇ ਚੱਕਦੇ ਵੀ ਨੇ ਜਾਂ ਨਹੀਂ ਚੱਕਦੇ ਹੈਗੇ। ਸੋ ਇਸ ਸੰਬੰਧੀ ਅਸੀਂ ਆਮ ਆਦਮੀ ਪਾਰਟੀ ਨੇ ਪਿਛਲੇ 2.5 ਸਾਲਾਂ ਦੇ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਨੂੰ 2 ਵਾਰੀ ਅਸੀਂ ਰਿਪ੍ਰਜੈਂਟੇਸ਼ਨ ਦਿੱਤੀਆਂ, ਕੋਈ ਜਵਾਬ ਨਹੀਂ ਆਇਆ ਹੈਗਾ। ਉਸ ਤੋਂ ਬਾਅਦ ਮੈਂ ਆਪ ਖੁਦ 2 ਵਾਰੀ ਲੀਗਲ ਨੋਟਿਸ ਸਰਵ ਕੀਤਾ ਸਪੀਕਰ ਸਾਹਿਬ ਨੂੰ, ਕੋਈ ਜਵਾਬ ਨਹੀਂ ਆਇਆ ਹੈਗਾ ਅਤੇ ਹਾਰ ਕੇ ਪਿਛਲੇ ਮਹੀਨੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਹਾਈ ਕੋਰਟ ਨੇ 21 ਜਨਵਰੀ ਨੂੰ ਫੈਸਲਾ ਸੁਣਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਪੇਸ਼ੀ ਸੀ ਔਰ ਪਹਿਲੀ ਪੇਸ਼ੀ ਦੇ ਉੱਪਰ ਅਜੇ ਨੋਟਿਸ ਗਵਰਨਮੈਂਟ ਨੂੰ ਜਾਂ ਸਪੀਕਰ ਨੂੰ ਕੋਈ ਨਹੀਂ ਹੋਇਆ ਸੀਗਾ, ਪਰ ਸਪੀਕਰ ਵੱਲੋਂ ਔਰ ਸਰਕਾਰ ਵੱਲੋਂ ਸ਼੍ਰੀ ਅਤੁਲ ਨੰਦਾ ਜੀ ਐਡਵੋਕੇਟ ਜਨਰਲ ਪੰਜਾਬ ਬਿਨਾਂ ਕਿਸੇ ਸੰਬੰਧ ਦੇ ਜਾਂ ਬਿਨਾਂ ਨੋਟਿਸ ਦੇ ਉਹ ਆਪ ਉੱਥੇ ਹਾਜ਼ਰ ਹੋਏ ਔਰ ਡਬਲ ਬੈਂਚ ਨੇ ਇਹ ਫੈਸਲਾ ਸੁਣਾਇਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਅਮਨ ਦੀ ਇਸ ਪਟੀਸ਼ਨ ਦੇ ਉੱਪਰ ਜਲਦ ਤੋਂ ਜਲਦ ਹੈ ਜਿਹੜਾ ਫੈਸਲਾ ਕਰਨ ਔਰ ਮੈਨੂੰ ਲਿਬਰਟੀ ਦਿੱਤੀ ਕਿ ਜੇ ਫੈਸਲਾ ਤੁਹਾਡੇ ਇੱਛਾ ਮੁਤਾਬਕ ਤੁਹਾਡੀ ਸਮਝ ਮੁਤਾਬਕ ਨਹੀਂ ਕਰਦੇ ਹੈ ਕਿ ਸਪੀਕਰ ਸਾਹਿਬ ਮੈਨੂੰ ਲਿਬਰਟੀ ਦਿੱਤੀ ਕਿ ਮੈਂ ਦੁਬਾਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖੜਕਾ ਸਕਾਂ। ਸੋ ਅੱਜ ਅਸੀਂ ਇਹੀ ਅਪੀਲ ਲੈ ਕੇ ਸਪੀਕਰ ਸਾਹਿਬ ਕੋਲ ਗਏ ਸੀਗੇ ਕਿ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਲੋਕਾਂ ਨੂੰ ਹੱਕ ਹੈ ਇਹ ਦੇਖਣ ਦਾ ਕਿ ਉਹਨਾਂ ਦੇ ਨੁਮਾਇੰਦੇ ਕਿਸ ਤਰੀਕੇ ਨਾਲ ਪਰਫੋਰਮ ਕਰਦੇ ਨੇ, ਉਹਨਾਂ ਦੇ ਮਸਲੇ ਵਿਧਾਨ ਸਭਾ ਦੇ ਵਿੱਚ ਅੰਦਰ ਚੱਕੇ ਜਾਂਦੇ ਵੀ ਨੇ ਕਿ ਨਹੀਂ ਚੱਕੇ ਜਾਂਦੇ ਹੈਗੇ। ਆਲਰੇਡੀ ਮੁਲਕ ਦੀਆਂ ਦੋਨੋਂ ਪਾਰਲੀਮੈਂਟਸ ਲੋਕ ਸਭਾ ਅਤੇ ਰਾਜ ਸਭਾ ਉਹ ਲਾਈਵ ਦਿਖਾਈਆਂ ਜਾਂਦੀਆਂ, ਅਸੀਂ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾ ਰਹੇ ਅਤੇ ਮੀਡੀਆ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਕੈਂਪੇਨ ਦੇ ਵਿੱਚ ਸਾਥ ਦਿਓਗੇ। ਸਾਡੇ ਤੋਂ ਪਰਸੋਂ ਸਾਡੀ ਕੋਰ ਕਮੇਟੀ ਦੀ ਮੀਟਿੰਗ ਸੀਗੀ, ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈਆਂ ਨੇ। ਅਸੀਂ ਵੀ ਉਹਨਾਂ ਨੂੰ ਇਹ ਰਾਏ ਦਿੱਤੀ ਹੈ ਵੀ ਜਿਹੜੇ ਲਾਈਕ ਮਾਈਂਡਡ ਪਾਰਟੀਜ਼ ਨੇ, ਚਾਹੇ BSP ਹੈ ਅਤੇ ਚਾਹੇ ਜੇ ਹੋਰ ਜਿਸ ਨੂੰ ਵੀ ਸਾਡੀ ਸੁਪਰੀਮ ਲੀਡਰਸ਼ਿਪ ਠੀਕ ਸਮਝੇ, ਉਹਨਾਂ ਨੇ ਜੇ ਡਿਸਕਸ਼ਨ ਡੈਲੀਬਰੇਸ਼ਨ ਕਰਕੇ ਕਿਸੇ ਗਠਬੰਧਨ ਦੇ ਉੱਪਰ ਪਹੁੰਚਦੇ ਆ ਤਾਂ ਪੰਜਾਬ ਦੇ ਯੂਨਿਟ ਨੂੰ ਉਸ ਵਿੱਚ ਕੋਈ ਇਤਰਾਜ਼ ਨਹੀਂ, ਅਸੀਂ ਉਸ ਫੈਸਲੇ ਦੇ ਉੱਪਰ ਫੁੱਲ ਚੜਾਵਾਂਗੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।